सरपंची चोणां दा अखाड़ा भखिया। सारे उम्मीदवार अपनी अपनी किस्मत अजमाउण दे लई चोण अखाड़े विच उतर गए। उत्थे ही पिंड पद्दलवड़ दे सूझवान मेहनती ईमानदार उम्मीदवार सरदार मंगा सिंह जी चोण मैदान विच आए, जिन्हां नूं पिंड दे लोकां वालों पूरा सहयोग मिल रहा है। सरदार मंगा सिंह जी वालों कहा गया कि जेकर पिंड वालिया वालों इस बार मैनूं सरपंच चुन लिया गया तां मैं पिंड दे सारे विकास पहल दे आधार ते करावांगा। पिंड विच हर लोड़िंदी सहूलत उपलब्ध करावांगा। बच्चियां लई स्कूल, नौजवानां लई खेड दा मैदान ते बुजुर्गां लई हर सहूलत पिंड दे विच ही उपलब्ध करावांगा। किन्ना भाई जप्पा मंगा सिंह सरपंच चोण दे मैदान दे विच उतरे हो पिंड भद्रवड़ तों, हांजी की कहना चाहोगे, की जहन दे विच चल रहा, की पिंड दे प्रति तुहाडी की सोच है? इन्हां ने जी अपन कमरा करके बंद अंदर बाहर कुंडा ला लोगे? नहीं नहीं नहीं, जिम्मे भी पिंड वाले कहेंगे जी उस तरह ही काम करांगे, जो जिंदियां मंगा रखियां ने सारियां पूरियां करांगे जी। की नाम है जी अपना? मेरा नाम मनिंदर सिंह है जी। मनिंदर सिंह, कितने रहने वाले हो? भद्रवाड़ तो जी। भद्रवाड़, इस तरह लाने जो तुसी आने रही हो? हाँ जी। मंगा सिंह थोड़े भद्रवाड़ तो चोन लड़ रहे ने, हाँ जी, तो तुसी बाहरों आए हो सपोर्ट करने आए हो, की कहना चाहोगे? नहीं जी, ये अपने ये साढ़े नगर के बच्चे जी नौजवान बहुत सूझवान बंदा जी, मेहनती बंदा जी, काम करके खाने वाला बंदा जी, ਇਮਾਨਦਾਰ ਬੰਦਾ ਜੀ, ਸਾਰਿਆਂ ਨਾਲ ਮਿਲ ਵਰਤ ਕੇ ਚੱਲਣ ਵਾਲਾ ਜੀ, ਤਾਂ ਕਰਕੇ ਅਸੀਂ ਇਹਨਾਂ ਦੀ ਸਪੋਰਟ ਕਰਨ ਆਏ ਜੀ। ਹੁਣ ਤੁਸੀਂ ਬਾਹਰੋਂ ਸਪੈਸ਼ਲ ਸਪੋਰਟ ਕਰਨ ਵਾਸਤੇ ਆਏ ਹੋ? ਹਾਂਜੀ। ਜਿੱਦਾਂ ਆ ਕੇ ਰਹੋਗੇ? ਹਾਂਜੀ। ਤੇ ਹੋਰ ਤੁਸੀਂ ਇਹਨਾਂ ਤੋਂ ਕੀ ਉਮੀਦ ਕਰਦੇ ਹੋ? ਇਹੀ ਉਮੀਦ ਕਰਦੇ ਹਾਂ ਵੀ ਜੋ ਵੀ ਪਿੰਡ 'ਚ ਅਧੂਰੇ ਕੰਮ ਨੇਗੇ ਜੀ, ਜਾਂ ਇਹਨਾਂ ਦੇ ਨਾਲ ਮੈਂਬਰ ਸਵਾਨ ਨੇਗੇ, ਉਹਨਾਂ ਨਾਲ ਮਿਲ ਕੇ ਸਾਰੇ ਜੋ ਵੀ ਅਧੂਰੇ ਕੰਮ ਨੇ ਪੂਰੇ ਕਰ ਦਿੰਦੇ ਜੀ। ਜੇ ਆਪਾਂ ਪਲੇ ਗਰਾਊਂਡ ਦੀ ਗੱਲ ਕਰੀਏ ਖਿਡਾਰੀਆਂ ਵਾਸਤੇ, ਜਿਹੜੇ ਆਪਣੇ ਯੂਥ ਵਾਸਤੇ, ਉਹ ਲਗਭਗ ਮੇਗਲਾ ਅਧੂਰਾ ਪਿੰਡ ਪਿੰਡ ਦੇ ਵਿੱਚ ਹੈ ਨਹੀਂ, ਜੇ ਹੈਗਾ ਤਾਂ ਅਪਗ੍ਰੇਡ ਕੀ ਹੋਇਆ? ਹਾਂਜੀ, ਤਾਂ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਜੀ ਵੀ ਜਦੋਂ ਇਹ ਸਰਪੰਚ ਸਾਹਿਬ ਬਣ ਗਏ, ਅਸੀਂ ਇਹਨਾਂ ਤੋਂ ਉਹ ਅਧੂਰੇ ਕੰਮ ਸਾਰੇ ਪੂਰੇ ਕਰਵਾਵਾਂਗੇ ਜੀ, ਹੈ ਨਾ ਜੀ, ਬੱਚਿਆਂ ਦੀ ਖੁਸ਼ਹਾਲੀ ਵਾਸਤੇ ਜੋ ਵੀ ਕੰਮ ਅਧੂਰੇ ਹੈਗੇ ਆ ਅਸੀਂ ਪੂਰੇ ਕਰਾਵਾਂਗੇ। ਕਹਿੰਦੇ ਸਰਕਾਰਾਂ ਵੱਲੋਂ ਫੰਡ ਘਟੇ, ਜਿਹੜੇ ਐਨਰੇ ਫੰਡ ਭੇਜਦੇ ਨੇ, ਹਾਂਜੀ, ਉਹਨਾਂ ਵੱਲੋਂ ਕਮੀ ਨਹੀਂ ਆਉਂਦੀ, ਤੇ ਤੁਸੀਂ ਉਹ ਵਾਅਦਾ ਪੂਰਾ ਕਰੋਗੇ? ਪੂਰਾ ਵੱਧ ਚੜ੍ਹ ਕੇ ਕਰਾਂਗੇ। ਭਾਈ ਜੀ ਆਪਣਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਜੀ, ਤੁਹਾਡੇ ਪਿੰਡ ਭੱਦਲਵਾਲ ਮੰਗਾ ਜੀ ਤੁਸੀਂ ਸਰਪੰਚੀ ਚੋਣ ਦੇ ਵਿੱਚ ਤਾਰਿਆ, ਤੁਸੀਂ ਸਾਰੇ ਜਨਾਂ ਨੇ ਅਸੀਂ ਭਾਈਚਾਰੇ ਨਾਲ ਮਿਲ ਕੇ ਤੁਹਾਡਾ ਸਾਂਝਾ ਉਮੀਦਵਾਰ ਤਾਰਿਆ, ਕੀ ਕਹਿਣਾ ਚਾਹੋਗੇ? ਕਿਹੋ ਜਿਹਾ ਰਵੱਈਆ, ਕਿਹੋ ਜਿਹਾ ਵਰਤੀਰਾ, ਕੀ ਤੁਸੀਂ ਇਹਨਾਂ ਤੋਂ ਉਮੀਦ ਕਰਦੇ ਹੋ? ਅਸੀਂ ਮੰਗਾ ਸਿੰਘ ਨੂੰ ਜੀ ਸਾਰੇ ਪਿੰਡ ਦੇ ਵਿੱਚ ਇਕੱਠ ਕਰਕੇ ਸੋਚ ਸਮਝ ਕੇ ਤਾਰਿਆ ਗਾ, ਸੂਝਵਾਨ ਤੇ ਮਿਹਨਤ ਨਾਲ ਆਪਦੀ ਨਾਲ ਇੱਥੇ ਤੱਕ ਉਹ ਖੜਾ ਹੋਇਆ ਗਾ, ਠੀਕ ਹੈ ਨਾ ਜੀ, ਉਹ ਸਾਰੇ ਪਿੰਡ ਨੇ ਸੋ ਯੋਗਦਾਨ ਦਿੱਤਾ ਗਾ ਵੀ ਮੰਗਾ ਸਿੰਘ ਨੂੰ ਆਪਾਂ ਸਰਪੰਚ ਬਣਾਉਣਾ ਗਾ। ਇਹ ਸਰਪੰਚ ਜੀ ਤੁਸੀਂ ਉਹਨੂੰ ਤਾਰਿਆ, ਇਹਨਾਂ 'ਚ ਯੋਗਤਾ ਕੀ ਇਹਨਾਂ 'ਚ? ਇਹਨਾਂ 'ਚ ਜੀ ਸੂਝਵਾਨ ਆ, ਨਰਮ ਸੁਭਾਅ ਦਾ ਗਾ ਜੀ, ਤੇ ਬਾਕੀ ਕੰਮ ਕਰਨ ਨੂੰ ਬੰਦਾ ਵਧੀਆ ਗਾ ਜੀ, ਹਰੇਕ ਕੰਮ ਦੇ ਵਿੱਚ ਸਾਡੇ ਨਾਲ ਪਹਿਲਾਂ ਵੀ ਇਹ ਸਹਿਯੋਗ ਦਿੰਦਾ ਰਿਹਾ ਗਾ ਪੰਚਾਇਤ ਦੇ ਵਿੱਚ, ਜੇ ਅਸੀਂ ਨੂੰ ਕਹਿ ਦਿੰਦੇ ਸੀਗੇ ਵੀ ਆਹ ਕੰਮ ਮੰਗਾ ਸਿੰਘ ਕਰਨਾ ਗਾ, ਤਾਂ ਇਹ ਸਾਡੇ ਨਾਲ ਪੂਰਾ ਸਹਿਯੋਗ ਦਿੰਦਾ ਰਿਹਾ ਜੀ। ਜੇ ਆਪਾਂ ਗੱਲ ਕਰੀਏ ਜਿਹੜੇ ਤੁਹਾਡੇ ਜਿਹੜੀ ਤੁਸੀਂ ਸਕੀਮਾਂ ਨੇ, ਇੱਕ ਤਾਂ ਜਿੱਤਣ ਤੋਂ ਬਾਅਦ ਹੁੰਦੇ ਨੇ, ਤੁਸੀਂ ਪਹਿਲਾਂ ਹੀ ਲਾਗੂ ਕਰਵਾ ਕੇ ਜਿਵੇਂ ਜਿੰਮ ਲਾ ਲਓ ਜਾਂ ਹੋਰ ਸਕੀਮਾਂ ਲਾ ਲਓ, ਕਿਹੜੇ ਕਿਹੜੇ ਹੈਗੇ ਨੇ ਜਿਹੜੇ ਤੁਸੀਂ ਲੋਕਾਂ ਪ੍ਰਤੀ ਪਿੰਡ ਪ੍ਰਤੀ ਤੁਸੀਂ ਸਾਰੇ ਨੂੰ ਜਾਗਰੂਕ ਕਰਵਾ ਰਹੇ ਹੋ? ਅਸੀਂ ਪਿੰਡ ਪ੍ਰਤੀ ਇਹ ਸਭ ਤੋਂ ਵੱਡੀ ਮੰਗ ਸਾਡੇ ਪਿੰਡ ਦੇ ਵਿੱਚ 20 ਸਾਲਾਂ ਤੋਂ ਚੱਲੀ ਆ ਰਹੀ ਹੈ ਡਿਸਪੈਂਸਰੀ ਦੀ ਜੀ। ਅਸੀਂ ਡਿਸਪੈਂਸਰੀ ਦੀ ਥਾਂ ਤੇ ਅਸੀਂ ਪੰਜਾਬ ਸਰਕਾਰ ਦੇ ਥਰੂ ਮਹੱਲਾ ਕਲੀਨਿਕ ਆਪਦੇ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਬਣਾ ਕੇ ਦੇਵਾਂਗੇ ਜੀ। ਇੱਕ ਬੱਚਿਆਂ ਨੂੰ ਗਰਾਊਂਡ ਦੀ ਬਹੁਤ ਵੱਡੀ ਪ੍ਰੋਬਲਮ ਆ ਸਾਡੇ ਪਲੇ ਗਰਾਊਂਡ ਦੀ, ਹਾਂਜੀ, ਤੇ ਉਹ ਗਰਾਊਂਡ ਅਸੀਂ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਬਣਾ ਦੇਵਾਂਗੇ ਜੀ। ਹਾਂਜੀ, ਕੀ ਹੋਰ ਆਪਣੇ ਕੋਈ ਸਮੱਸਿਆ ਹੋਵੇ? ਜੇ ਮੰਨ ਲਓ ਪਿਛਲੀ ਸਰਕਾਰ ਜਿਹੜੇ ਸਰਪੰਚ ਬਣੇ ਨੇ ਉਹਨਾਂ ਵੱਲੋਂ ਕੰਮ ਅਧੂਰੇ ਹੋਣ ਜਾਂ ਨਾ ਕੀਤੇ ਹੋਣ? ਜੋ ਵੀ ਕੰਮ ਅਧੂਰੇ ਨੇ ਪਿੰਡ ਦੇ ਉਹ ਸਾਰੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਵੀ, ਜੇ ਕਿਸੇ ਵੀ ਪੰਚਾਇਤ ਨੇ ਨਹੀਂ ਕੀਤੇ ਤਾਂ ਅਸੀਂ ਪਹਿਲ ਦੇ ਆਧਾਰ ਤੇ ਉਹ ਕੰਮ ਸਾਰੇ ਕਰਾਂਗੇ। ਮੇਰਾ ਨਾਮ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਤੁਸੀਂ ਸਰਪੰਚ ਜਿਹੜੀ ਚੋਣ ਹੋ ਰਹੀ ਹੈ ਮੰਗਾ ਜੀ ਖੜਾਏ ਗਏ ਨੇ, ਤੁਸੀਂ ਵੀ ਕੋਈ ਪੰਚ ਦੀ ਚੋਣ ਲੜ ਰਹੇ ਹੋ? ਹਾਂਜੀ, ਮੈਂ 3 ਨੰਬਰ ਵਾਰਡ ਚੋਂ ਪੰਚ ਦੀ ਚੋਣ ਲੜ ਰਿਹਾ ਜੀ। ਤੁਸੀਂ ਕਿਹਨਾਂ ਨੂੰ ਸਹਿਮਤੀ ਦੇ ਰਹੇ ਹੋ? ਮੈਂ ਮੰਗਾ ਸਿੰਘ ਨੂੰ ਸਹਿਮਤੀ ਦੇ ਰਿਹਾ। ਕਾਰਨ ਜੀ? ਵਧੀਆ ਇਮਾਨਦਾਰ ਹੈ ਜੀ, ਸਾਰੇ ਦੇ ਕੰਮ ਆਉਣ ਵਾਲਾ ਬੰਦਾ ਜੀ, ਤੇ ਬਾਕੀ ਪਿੰਡ ਦੀ ਸਹਿਮਤੀ ਹੈ ਜੀ ਸਾਰਿਆਂ ਦੀ। ਮੈਂ ਸਾਰੇ ਐਸੀ ਭਾਈਚਾਰਾ, ਜਨਰਲ ਭਾਈਚਾਰਾ ਸਾਰਿਆਂ ਨੇ ਇਕੱਠੇ ਹੋ ਕੇ ਜੀ ਉਹਨੂੰ ਚੁਣਿਆ ਵੀ ਆਪਾਂ ਤੂੰ ਪਿੰਡ ਦਾ ਸਰਪੰਚ ਬਣ। ਪਰਿਵਾਰ ਦਾ ਰਵੱਈਆ ਬਹੁਤ ਵਧੀਆ ਜੀ। ਜੀ, ਡੋਰ ਟੂ ਡੋਰ ਤੁਸੀਂ ਕਰ ਰਹੇ ਹੋ, ਪਿੰਡ ਵਾਲਿਆਂ ਦਾ ਕੀ ਕਹਿਣਾ? ਪਿੰਡ ਵਾਲਿਆਂ ਦਾ ਸਾਰਿਆਂ ਦਾ ਜੀ ਪੂਰਾ ਹੁਮਾ ਹੁਮਾ ਕੇ ਪੂਰਾ ਇਹਦੇ ਵੋਟਾਂ ਦੇ ਵੱਲ ਪਾਉਣ ਲਈ ਤਿਆਰ ਹੈ ਜੀ। ਕਿੰਨੀ ਕੁ ਵੋਟਾਂ ਲਗਭਗ ਤੁਸੀਂ ਜੇਤੂ ਕਰਾਰ ਹੋ ਜਾਓਗੇ? 450 ਵੋਟ ਤੇ ਜੇਤੂ ਕਰਾਰ।